ਸਤਿ ਸ਼੍ਰੀ ਅਕਾਲ ਜੀ, ਕਾਲ ਸਾਨੂੰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਜੀ ਦੀ ਬੇਨਤੀ ਤੇ ਕੀਤੀ ਗਈ ਹੈ। ਅਸੀਂ ਤੁਹਾਡੇ ਕੋਲ ਇਹ ਸਮਝਣਾ ਚਾਹੁੰਦੇ ਹਾਂ ਕਿ ਤੁਹਾਡੇ ਇਲਾਕੇ ਦੀਆਂ ਸੜਕਾਂ ਦੇ ਕੀ ਹਾਲ ਨੇ ਜੀ? ਬਹੁਤ ਬੁਰਾ ਹਾਲ ਹੈ ਜੀ। ਸਰ, ਕੀ ਮੈਂ ਤੁਹਾਡਾ ਨਾਮ ਜਾਣ ਸਕਦੀ ਹਾਂ ਜੀ? ਮੇਰਾ ਨਾਮ ਜੀ ਬਲਦੇਵ ਸਿੰਘ। ਸਰ, ਕੀ ਮੈਂ ਤੁਹਾਡੇ ਜ਼ਿਲ੍ਹੇ ਦਾ ਨਾਮ ਜਾਣ ਸਕਦੀ ਹਾਂ ਜੀ? ਜ਼ਿਲ੍ਹਾ ਅੰਮ੍ਰਿਤਸਰ। ਸਰ, ਕੀ ਮੈਂ ਤੁਹਾਡੇ ਹਲਕੇ ਦਾ ਨਾਮ ਜਾਣ ਸਕਦੀ ਹਾਂ ਜੀ? ਸਰ, ਕੀ ਮੈਂ ਤੁਹਾਡੇ ਪਿੰਡ ਦਾ ਨਾਮ ਜਾਣ ਸਕਦੀ ਹਾਂ ਜੀ? ਚਾਚੀ ਪਿੰਡ ਜੀ। ਸਰ, ਚਾਚੀ ਪਿੰਡ ਜੀ, ਹਾਂਜੀ। ਸਰ, ਤੁਹਾਡੇ ਹਿਸਾਬ ਨਾਲ ਤੁਹਾਡੇ ਇਲਾਕੇ ਦੀ ਸੜਕਾਂ ਦੀ ਹਾਲਤ ਕਿੱਦਾਂ ਦੀ ਹੈ ਜੀ? ਮੈਡਮ, ਮੇਰੇ ਹਿਸਾਬ ਨਾਲ ਜਿੱਦਾਂ ਦੀ ਸਰਕਾਰ ਦੀ ਹਾਲਤ ਹੈ। ਸਰ, ਤੁਹਾਡੇ ਇਲਾਕੇ ਦੀ ਸੜਕਾਂ ਦੀ ਕੀ ਸਮੱਸਿਆ ਹੈ ਜੀ? ਮੈਡਮ, ਸੜਕਾਂ ਟੁੱਟੀਆਂ ਹੋਈਆਂ। ਹਾਂਜੀ ਸਰ। ਸਰ, ਕਿਸ ਸੜਕ ਵਿੱਚ ਸਮੱਸਿਆ ਹੈ ਜੀ? ਮੈਡਮ, ਤਿੰਨ ਸੜਕ ਜਿਹੜੀ ਟੁੱਟੀ ਹੋਈ ਆ, ਪੁਲੀ ਬਹੁਤ ਨਿੱਕੀ ਆ, ਲੰਘਿਆ ਨੀ ਜਾਂਦਾ। ਤੁਹਾਨੂੰ ਜਿਹੜੇ ਏਰੀਏ ਦੀ ਸੜਕ ਖਰਾਬ ਲੱਗਦੀ ਹੈ ਉਸਦਾ ਨਾਮ ਦੱਸ ਸਕਦੇ ਹੋ? ਕਿੱਥੋਂ ਤੋਂ ਕਿੱਥੋਂ ਤੱਕ ਹੈ ਜੀ? ਇੱਕ ਸੁਲਤਾਨਵਿੰਡ ਵਾਲੀ, ਜਿਹੜੀ ਸੁਲਤਾਨਵਿੰਡ ਸੁਲਤਾਨਵਿੰਡ ਤੋਂ ਕਿੱਥੋਂ ਤੱਕ ਹੈ ਜੀ? ਚਾਟੀਵਿੰਡ ਤੱਕ ਜੀ। ਹਾਂਜੀ ਸਰ, ਹੋਰ ਦਬੁਰਜੀ ਤੋਂ ਚਾਟੀਵਿੰਡ ਨੂੰ, ਉਹ ਵੀ ਖਰਾਬ ਆ ਜੀ। ਸਰ, ਚਾਟੀਵਿੰਡ ਤੋਂ ਦਬੁਰਜੀ ਜੀ, ਹਾਂਜੀ, ਉਹ ਵੀ ਖਰਾਬ ਆ ਜੀ। ਸਰ, ਹਾਂਜੀ ਸਰ, ਇਸ ਤੋਂ ਇਲਾਵਾ ਕੋਈ ਹੋਰ ਹੋਵੇ ਦੱਸ ਸਕਦੇ ਹੋ ਜੀ? ਮੈਡਮ, ਇੱਕ ਪਿੰਡ ਨੂੰ ਇੰਨੀਆਂ ਸੜਕਾਂ ਹੁੰਦੀਆਂ ਜੀ। ਹਾਂਜੀ ਸਰ, ਇੱਕ ਪਿੰਡ ਨੂੰ ਇੰਨੀਆਂ ਸੜਕਾਂ ਹੁੰਦੀਆਂ ਜੀ। ਜੀ ਸਰ, ਤੁਹਾਡੇ ਇਲਾਕੇ ਦੀ ਸੜਕ ਠੀਕ ਕਰਨ ਦੇ ਕੰਮ ਦੇ ਕੀ ਹਾਲ ਨੇ ਜੀ? ਮੈਡਮ, ਕੁਝ ਵੀ ਨੀ ਹਾਲ। ਸਰ, ਤੁਸੀਂ ਸੜਕਾਂ ਦੀ ਖਰਾਬ ਹਾਲਤ ਦੀ ਕਿਸ ਨੂੰ ਜ਼ਿੰਮੇਵਾਰ ਸਮਝਦੇ ਹੋ ਜੀ? ਕਿੰਨਾ ਨੂੰ ਅਸੀਂ ਵੋਟਾਂ ਪਾਈਆਂ ਜੀ? ਸਰ, ਮਾਫੀ ਚਾਹੁੰਦੇ ਹਾਂ ਜੀ, ਤੁਹਾਨੂੰ ਪਰੇਸ਼ਾਨੀ ਹੋਈ, ਅਸੀਂ ਤੁਹਾਡੀ ਗੱਲਬਾਤ ਦੇ ਆਧਾਰ ਤੇ ਤੁਹਾਡਾ ਵੇਰਵਾ ਦਰਜ ਕਰ ਲਿਆ ਹੈ। ਨਿਸ਼ਚਿਤ ਰੋ ਤੁਹਾਡੀ ਸਮੱਸਿਆ ਦਾ। ਮੈਡਮ, ਹੁਣ ਕੀ ਸਮੱਸਿਆ ਦਾ ਹੱਲ ਕਰਨਾ ਹੈ? ਹਾਂਜੀ ਸਰ, ਸਰ ਤੁਹਾਡੀ ਵੇਖੋ, ਹਾਂਜੀ ਸਰ, ਤੇ ਹੁਣ ਸਰਕਾਰ ਚੱਲ ਚੱਲੀ ਹੈ, ਬੇਰੁਜ਼ਗਾਰੀ ਇੰਨੀ ਵਧੀ ਹੋਈ ਆ, ਕੋਈ ਅੰਤ ਨੀ ਆ, ਠੀਕ ਹੈ ਨਾ? ਸੜਕਾਂ ਦਾ ਹੱਲ ਤੇ ਹੋ ਜਾਏਗਾ, ਜਿਹੜੇ ਬੇਰੁਜ਼ਗਾਰ ਲੋਕ ਤੁਰੇ ਫਿਰਦੇ ਨੇ, ਜੋ ਕਿਸਾਨ ਆਤਮ ਹੱਤਿਆ ਕਰਨ ਡੇ, ਉਹਨਾਂ ਦਾ ਹੱਲ ਕੌਣ ਕਰੂਗਾ? ਸੜਕਾਂ ਦਾ ਨਾਰਮਲ ਗੱਲ ਆ, ਲੋਕ ਤੁਰ ਕੇ ਲੰਘ ਜਾਣਗੇ, ਨਾ ਟਰਾਂਸਪੋਰਟ ਵਰਤਣਗੇ, ਠੀਕ ਹੈ ਨਾ? ਜਿਹੜੇ ਲੋਕ ਬੇਰੁਜ਼ਗਾਰ ਆਤਮ ਹੱਤਿਆ ਕਰਨ ਡੇ ਆ, ਉਹਨਾਂ ਨੇ ਕੌਣ, ਇਹਨਾਂ ਨੇ ਲੁੱਟ ਕੇ ਖਾ ਲਿਆ ਵਾ, ਇਹਨਾਂ ਨੇ ਕੀ ਹੱਲ ਕਰਨਾ ਹੁਣ ਚੋਰਾਂ ਨੇ? ਹਾਂਜੀ ਸਰ, ਤੁਹਾਡੀ ਸਮੱਸਿਆ ਨੂੰ ਸਮਝਦੇ ਹਾਂ ਜੀ। ਸਮੱਸਿਆ ਨੂੰ ਸਮਝਦੇ ਨੀ ਤੁਸੀਂ, ਤੁਸੀਂ ਕਰਦੇ ਕਾਲ ਚੋਰਾਂ ਦੇ ਕਹਿਣ ਤੇ ਕਾਲ, ਠੀਕ ਹੈ ਨਾ? ਮੁੱਖ ਮੰਤਰੀ ਸਭ ਤੋਂ ਵੱਡਾ ਚੋਰ ਉਹ ਹੁੰਦਾ ਹੈ ਜਿਹੜਾ ਸੰਭਾਲਣ ਵਾਲਾ ਹੁੰਦਾ ਹੈ, ਠੀਕ ਹੈ ਨਾ? ਜੇ ਥੱਲੇ ਸਾਰੇ ਚੋਰ ਹੋਣ, ਮੁੱਖ ਮੰਤਰੀ ਸਭ ਤੋਂ ਵੱਡਾ ਚੋਰ ਆ, ਹਾਂਜੀ ਸਰ, ਠੀਕ ਹੈ ਨਾ? ਤੇ ਉਹ ਚੋਰ, ਤੁਸੀਂ ਚੋਰਾਂ ਦੀ ਗੱਲ ਕਰਦੇ ਜੀ, ਚੋਰਾਂ ਦੀ ਤਾਂ ਬਹੁਤ ਬੁਰਾ ਹਾਲ ਹੈ ਚੋਰਾਂ ਦਾ, ਚੋਰਾਂ ਦਾ ਚੋਣ ਜਾਲ ਤਾਂ ਲੱਗ ਗਿਆ ਇਹਨਾਂ ਨੂੰ, ਕਿਸੇ ਨੇ ਪੜ੍ਹ ਨੀ ਦੇਣਾ ਪਿੰਡ ਚ, ਜੀ ਸਰ, ਠੀਕ ਹੈ ਨਾ? ਇਹਨਾਂ ਪਿੰਡ ਦੀ ਬਾਤ ਫੜਾ ਕਿਸੇ ਪੁੱਛੀ ਦਾ, ਇਹਨਾਂ ਲੋਕਾਂ ਨੇ ਆਪਣੇ ਆਪਣੇ ਢਿੱਡ ਭਰੇ ਨੇ, ਠੀਕ ਹੈ ਨਾ? ਇਹਨਾਂ ਦਾ ਬੇੜਾ ਗਰਕ ਕਰਤਾ ਪੰਜਾਬ ਦਾ, ਨਾ ਰੋਜ਼ਗਾਰ ਨਾ ਕੁਝ ਵੀ ਨੀ, ਬੇੜਾ ਗਰਕ ਕਰਤਾ। ਲੋਕਾਂ ਦੇ ਮੁੰਡੇ ਬਾਹਰ ਕੈਨੇਡਾ ਅਮੈਰੀਕਾ ਨੂੰ ਜਾ ਰਹੇ ਹੈ ਕਿ ਪੰਜਾਬ ਚ ਰੋਜ਼ਗਾਰ ਨੀ ਹੈਗਾ, ਪਹਿਲਾਂ ਇੱਥੇ ਪੜ੍ਹਾਈਏ, ਸਕੂਲਾਂ ਦਾ ਬੇੜਾ ਗਰਕ ਕਰਤਾ, ਟੀਚਰ ਕੋਈ ਨੀ ਹੈਗਾ ਸਕੂਲ ਚ। ਹਾਂਜੀ ਸਰ, ਤੁਸੀਂ ਕੱਲੀ ਇੱਕ ਸਮੱਸਿਆ ਨਾ ਪੁੱਛੋ, ਤੁਸੀਂ ਸਮੱਸਿਆ ਪੁੱਛੋ ਕਿ ਤੁਹਾਡੇ ਇਲਾਕੇ ਸਮੱਸਿਆਵਾਂ ਕਿੰਨੀਆਂ ਵਾ, ਹਾਂਜੀ ਸਰ, ਠੀਕ ਹੈ ਨਾ? ਤੁਸੀਂ ਸੜਕ ਦੀ ਸਮੱਸਿਆ ਨਾ ਪੁੱਛੋ ਜੀ, ਕਿ ਕੱਲੀ ਸੜਕ ਦੀ ਸਮੱਸਿਆ ਵਾ, ਤੁਸੀਂ ਪੁੱਛੋ ਸੜਕ ਤੋਂ ਬਗੈਰ ਤੁਹਾਡੇ ਇਲਾਕੇ ਸਮੱਸਿਆਵਾਂ ਕਿੰਨੀਆਂ ਵਾ। ਜੀ ਸਰ, ਅਸੀਂ ਤੁਹਾਡੀ ਗੱਲਬਾਤ ਨੋਟ ਕਰਦੀ ਹੈ, ਅਸੀਂ ਤੁਹਾਡੀ ਗੱਲ ਨੂੰ ਅੱਗੇ ਪਹੁੰਚਾ ਦੇਵਾਂਗੇ। ਇਹਨਾਂ ਚੋਰਾਂ ਨੇ ਇੰਨਾ ਬੁਰਾ ਹਾਲ ਕਰਤਾ ਵਾ, ਕੋਈ ਸਕੂਲ ਦਾ ਟੀਚਰ ਹੈ ਨਹੀਂ, ਠੀਕ ਹੈ ਜੀ? ਪਲੱਸ ਟੂ ਪੜ੍ਹ ਕੇ ਜਿਹੜਾ ਬੱਚਾ ਜਾਂਦਾ ਨਾ ਅੰਬੈਸੀ ਦੇ ਆਸਟ੍ਰੇਲੀਆ ਅੰਬੈਸੀ, ਉਹ ਆਂਦਾ ਪੰਜਾਬ ਬੋਰਡ ਦੇ ਬੱਚੇ ਨੂੰ ਅਸੀਂ ਨੀ ਲੈ ਸਕਦੇ, ਕਿਉਂਕਿ ਇਹ ਨਕਲ ਮਾਰ ਕੇ ਪਾਸ ਹੋਇਆ, ਕਿਉਂਕਿ ਇਹਨਾਂ ਐਜੂਕੇਸ਼ਨ ਦਿੱਤੀ ਨਕਲ ਮਾਰਨੀ ਪਈ ਬੱਚਿਆਂ ਨੂੰ, ਹਾਂਜੀ ਸਰ, ਐਜੂਕੇਸ਼ਨ ਇਹਨਾਂ ਦੇਣਾ ਫਰਜ਼ੀ, ਨਹੇ ਇਹਨਾਂ ਵਧਾ ਤੇ, ਚਿੱਟਾ ਇਹਨਾਂ ਨੂੰ ਵਿਕੀ, ਹਰ ਚੀਜ਼ ਇਹਨਾਂ ਨੂੰ ਵਿਕਦੀ ਆ, ਠੀਕ ਹੈ ਨਾ? ਪੰਜਾਬ ਗੌਰਮੈਂਟ ਦੇ ਬੁਲਾਵਾ ਕੋਈ ਚੀਜ਼ ਵਿਕ ਸਕਦੀ ਆ, ਚਿੱਟਾ ਇਹਨਾਂ ਦਾ ਵਿਕੇ ਸਾਰਾ, ਨਹਾ ਸਾਰਾ ਪੰਜਾਬ ਜੀ ਇਹਨਾਂ ਦਾ ਆਵੇ, ਠੀਕ ਹੈ ਨਾ? ਤੇ ਤੁਸੀਂ ਸੜਕ ਦੀ ਸਮੱਸਿਆ ਪੁੱਛਣ ਡੇ, ਲੋਕਾਂ ਦੇ ਨਿਆਣੇ ਮਰਨ ਡੇ ਆ, ਠੀਕ ਹੈ ਨਾ? ਨਾਮ ਵੀ ਸੜਕ ਤੇ ਜਾਣਗੇ ਨਾ, ਕੋਈ ਫਰਕ ਨੀ ਪੈਂਦਾ, ਠੀਕ ਹੈ ਨਾ? ਸੜਕ ਤੇ ਜਾਣਗੇ ਤਾਂ ਆਰਬਿਟ ਵਾਲੇ ਬੱਸ ਵਾਲੇ ਦੱਬ ਦੇਣਗੇ, ਕਿਸੇ ਨਾ ਕਿਸੇ ਦੇ ਕੇ ਮਾਰ ਦੇਣਗੇ, ਇਹਨਾਂ ਦੀ ਟਰਾਂਸਪੋਰਟ ਸਾਰੀ, ਇਹ ਤਾਂ ਬਿਹਤਰ ਸੜਕਾਂ ਟੁੱਟੀਆਂ ਜਾਣੀਆਂ। ਬਟ ਇਹ ਵੇਖੋ ਕਿ ਜੇ ਲੋਕ ਕੀ ਕਰਨ, ਐਜੂਕੇਸ਼ਨ ਦਾ ਹੱਲ ਕਰਨ, ਹੋਰ ਹੱਲ ਹੋਣ ਵਾਲੇ ਆ, ਉਹ ਕਰ ਲੈਣਾ, ਸੜਕਾਂ ਬਾਹਰ ਕਰ ਲੈਣਾ, ਠੀਕ ਹੈ ਨਾ? ਜੇ ਇਹ ਲੁੱਟਣ ਦੇ ਹੋਏ ਆ, ਲੁੱਟਣ ਵਾਲਾ ਕੰਮ ਜਿਹੜਾ ਨਿਬੜ ਗਿਆ ਵਾ, 9.5 ਸਾਲ ਇਹਨਾਂ ਲੰਘ ਗਿਆ, ਰਹਿ ਗਏ ਹੁਣ 2-3 ਮਹੀਨੇ, ਠੀਕ ਹੈ ਨਾ? ਅੱਜ ਕਾਲ ਆਈ ਆ 9.5 ਸਾਲ 10 ਸਾਲ ਬਾਅਦ ਇਹਨਾਂ ਦੀ, ਠੀਕ ਆ? ਜਾਂਦੀ ਵਾਰ ਦੀ ਕਦੀ ਕਾਲ ਦੀ ਕੋਈ ਜਿਹੜਾ ਬੰਦਾ ਅਵੈਲੀਟਰ ਤੇ ਪਿਆ ਹੋਵੇ ਨਾ, ਤਾਂ ਉਹ ਗਾੜੀ ਵਿਆਹ ਦੀ ਗੱਲ ਨੀ ਕਰਦਾ, ਠੀਕ ਹੈ ਜੀ? ਉਹ ਜਿਹੜਾ ਵੈਲੀਏਟਰ ਤੇ ਪਿਆ ਨਾ ਆਦਮੀ, ਆਈ ਸੀ ਯੂ
ਉਹ ਵਿਆਹ ਦੀ ਗੱਲ ਨੀ ਕਰਦਾ, ਉਹ ਇਹ ਪੁੱਛਦਾ ਕਿ ਬਾਲਣ ਲੈ ਜਾਂਦਾ ਬੜੀ ਵਿੱਚ, ਠੀਕ ਹੈ ਨਾ, ਇਹ ਤਾਂ ਚੱਲੇ ਆ, ਇਹਨਾਂ ਦਾ ਕੰਮ ਨਿਬੜ ਗਿਆ ਵਾ। ਹੁਣ ਕੋਈ ਬਿਹਤਰ ਸਰਕਾਰ ਆਏਗੀ, ਹੋ ਸਕਦਾ ਹੱਲ ਕਰੇ ਨਾ ਕਰੇ, ਉਹ ਗੱਲ ਵੱਖਰੀ ਹੈ, ਪਰ ਇਹਨਾਂ ਦਾ ਕੰਮ ਨਿਬੜ ਗਿਆ, ਠੀਕ ਹੈ ਨਾ। ਤਾਂ ਤੁਸੀਂ ਮੇਰੇ ਸਾਹਮਣੇ ਇਹ ਗੱਲ ਪਹੁੰਚਾ ਨੀ ਸਕਦੇ, ਕਿਉਂਕਿ ਤੁਹਾਡੀ ਤੁਹਾਡੇ ਹੱਥ ਵਸ ਨਹੀਂ, ਤੁਸੀਂ ਵੱਧੇ ਜੇ ਨੌਕਰੀਆਂ ਵਾ ਕਰਨ ਵਾਲੇ, ਤੁਹਾਨੂੰ ਸਭ ਕੁਝ ਪਤਾ ਹੋਣ ਦੇ ਬਾਵਜੂਦ ਤੁਸੀਂ ਲੋਕਾਂ ਨੂੰ ਕਾਲ ਕਰਦੇ ਜੇ, ਠੀਕ ਹੈ ਨਾ, ਤੁਹਾਨੂੰ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਲੋਕਾਂ ਨੂੰ ਕਾਲ ਕਰ ਰਿਹਾ ਜੇ, ਤੁਸੀਂ ਵੱਧੇ ਜੇ, ਤੁਹਾਡੇ ਵਸ ਦਾ ਰੋਗ ਨੀ ਆ, ਤੁਸੀਂ ਮੇਰੀ ਗੱਲ ਪਹੁੰਚਾ ਨੀ ਸਕਦੇ ਗੌਰਮੈਂਟ ਤੱਕ, ਪਰ ਲੋਕਾਂ ਪਹੁੰਚਾ ਦੇਣੀ ਨਾ ਜੋ ਵੋਟਾਂ ਨਾ ਪਾਈਆਂ ਇਹਨਾਂ ਨੂੰ, ਬੁਰਾ ਹਾਲ ਕਰਨਾ, ਵੋਟ ਬੈਂਕ ਤਾਂ ਲੋਕਾਂ ਕੋਲ ਹੀ ਹੈ ਨਾ, ਇਹਨਾਂ ਨੂੰ ਪਿੰਡ ਵੜਨੀ ਦੇਣਾ ਲੋਕਾਂ ਨੇ, ਜਿਹੋ ਜਿਹਾ ਹਾਲਾਤ ਇਹਨਾਂ ਬਣਾ ਪਿਆ, ਸਾਡੇ ਪਿੰਡ ਨਸ਼ਾ ਇਹਨਾਂ ਵਾਰਡ ਤੱਕ ਜਾਂਦਾ ਨੀ, ਅਕਾਲੀਆਂ ਦਾ ਸਰਪੰਚ ਨਸ਼ਾ ਵੇਚੇ, ਅਕਾਲੀਆਂ ਦਾ ਮੈਂਬਰ ਨਸ਼ਾ ਵੇਚਣ, ਅਕਾਲੀਆਂ ਦੇ ਲੀਡਰ ਨਸ਼ਾ ਵੇਚਣ, ਐਮਐਲਏ ਨਸ਼ਾ ਵੇਚੇ, ਮਿਨਿਸਟਰ ਨਸ਼ਾ ਵੇਚੇ, ਉਹਨਾਂ ਨੇ ਫੜ ਦੇਣੀ ਆ, ਜਿਹੜੇ ਥਾਣੇਦਾਰ ਲਾਏ ਆ ਉਹ ਨਸ਼ਾ ਵੇਚਣ, ਠੀਕ ਹੈ, ਜਿਹੜੇ ਹਵਾਲਦਾਰ ਉਹ ਨਸ਼ਾ ਵੇਚਣ, ਉਹਨਾਂ ਨੇ ਰੋਕ ਦੇਣੀ ਆ, ਠੀਕ ਹੈ ਨਾ। ਸੜਕੇ ਸਮੱਸਿਆ ਨੀ ਆ, ਸੜਕੇ ਲੋਕ ਨਾ ਲੰਘਣ, ਕਿੱਥੇ ਵਧੀਆ ਵਾ, ਆਰਬਿਟ ਵਾਲੇ ਪਾਸੇ ਨਾਲ ਜਦੋਂ ਮਰਜ਼ੀ ਨੱਪ ਕੇ ਗਾਹ ਜਾਂਦੀ ਆ ਉਹ ਨੱਪ ਦੂਗੀ, ਇਹ ਤੋਂ ਬਿਹਤਰ ਸੜਕ ਟੁੱਟੀ ਚੰਗੀ ਆ, ਠੀਕ ਹੈ ਨਾ, ਸੜਕ ਕੋਈ ਸਮੱਸਿਆ ਨੀ ਆ, ਹੋਰ ਲੋਕਾਂ ਦੀ ਸਮੱਸਿਆ ਉਹ ਪੁੱਛਿਆ ਕਰੋ, ਕਿੰਨੀ ਸਮੱਸਿਆ ਉਹਨਾਂ ਨੂੰ, ਹਾਂਜੀ ਹੋਰ ਸਮੱਸਿਆ ਪੁੱਛਿਆ ਕਰੋ ਕਿ ਕਿੰਨੇ ਤੁਹਾਨੂੰ ਲੋਕਾਂ ਨੂੰ ਸਮੱਸਿਆ ਕਿੰਨੀਆਂ ਵਾ, ਕਿ ਲੋਕਾਂ ਦੇ ਪਰਚੇ ਕਿੰਨੇ ਕਰਾਏ ਤੁਸੀਂ ਝੂਠੇ, ਨਜਾਇਜ਼ ਲੋਕਾਂ ਨੂੰ ਜੇਲ੍ਹ ਚ ਕਿੰਨਾ ਘੱਲਿਆ ਇਹ ਪਤਾ ਕਰਿਆ ਕਰੋ, ਕਿਸਾਨਾਂ ਨੂੰ ਕੁੱਟਿਆ ਕਿੰਨਾ, ਠੀਕ ਹੈ ਨਾ, ਇਹ ਨਾ ਦੇਖੋ ਕਿ ਕੱਲ ਦੀ ਸੜਕ ਦੀ ਸਮੱਸਿਆ ਵਾ, ਜੀ ਸਰ, ਜੇ ਗੱਲ ਪਹੁੰਚਾਉਣੀ ਤਾਂ ਪੂਰੀ ਪਹੁੰਚਾਓ, ਨਾ ਤਾਂ ਅੱਧੀ ਅਧੂਰੀ ਗੱਲ ਕਦੀ ਕਿਸੇ ਨੂੰ ਪੁੱਛੋਗੀ, ਹਾਂਜੀ ਸਰ, ਠੀਕ ਹੈ ਸਰ, ਹਾਂਜੀ ਜੀ ਸਰ, ਮੇਰਾ ਨਾਮ ਬਲਦੇਵ ਸਿੰਘ, ਪਿੰਡ ਚਾਟੀਵਿੰਡ, ਤਹਿਸੀਲ ਡਿਸਟ੍ਰਿਕਟ, ਜ਼ਿਲ੍ਹਾ ਅੰਮ੍ਰਿਤਸਰ, ਠੀਕ ਹੈ ਜੀ, ਸਰ, ਹਾਂ, ਮੇਰੀ ਜਿੱਥੇ ਮਰਜ਼ੀ ਗੱਲ ਪਹੁੰਚਾ ਸਕਦੇ, ਮੇਰੀ ਰਿਕਾਰਡਿੰਗ ਇਹਨਾਂ ਨੂੰ ਸੁਣਾਓ, ਮੈਂ ਨੀ ਡਰਦਾ ਇਹਨਾਂ ਤੋਂ, ਠੀਕ ਹੈ ਨਾ, ਪਰਚੇ ਕਰਾਉਣੇ ਕਰਾ ਦੇਣ, ਨਾ ਕਰਾਉਣੇ ਨਾ ਕਰਾਉਣਾ, ਮੈਂ ਨੀ ਇਸ ਸਰਕਾਰ ਤੋਂ, ਗੰਦੀ ਸਰਕਾਰ ਤੋਂ, ਝੂਠੀ ਸਰਕਾਰ ਤੋਂ ਮੈਂ ਨੀ ਡਰਦਾ, ਹਾਂਜੀ, ਪਰ ਇਹ ਸਾਡੇ ਪੰਜਾਬ ਦੇ ਲੋਕਾਂ ਨੂੰ ਲੁੱਟਣਾ, ਚਿੱਟਾ ਵੇਚਣਾ ਹਟ ਜਾਣਾ, ਨਹੀਂ ਤਾਂ ਲੋਕਾਂ ਨੇ ਬਹੁਤ ਜੁੱਤੀ ਫੇਰਨੀ ਜੀ, ਐਰ ਜੀ 2017 ਇਹਨਾਂ ਜੁੱਤੀ ਬਹੁਤ ਫੇਰਨੀ ਜੀ ਲੋਕਾਂ ਨੇ, ਜੀ ਸਰ, ਹਾਂਜੀ ਜੀ ਸਰ, ਸਰ ਤੁਹਾਡਾ ਸਰਵੇ ਪੂਰਾ ਹੋ ਚੁੱਕਾ ਜੀ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਉਸਦੇ ਲਈ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵੱਲੋਂ ਕਾਲ ਕਰ ਸਕਦੇ ਹੋ, ਅਸਲ ਨਹੀਂ ਕਿ ਕਾਲ ਤਾਂ ਮੈਂ ਕੱਟ ਦੇਣੀ ਆ, ਸਰਵੇ ਦੀ ਮੇਰੇ ਕੋਲ ਆਇਆ, ਪਰ ਮੈਂ ਇੰਨੀ ਗੱਲ ਕਰ ਰਿਹਾ, ਮੈਂ ਕਿਤੇ ਖਲੋਤਾ ਆ, ਇੰਨਾ ਹੀ ਮੈਂ ਕਰ ਸਕਦਾ, ਬਿਹਤਰ ਹੋਰ ਇਹਨੇ ਗੰਦ, ਜਿੰਨਾ ਇਹਨੇ ਗੰਦ ਪਾਇਆ ਪੰਜਾਬ ਚ, ਮੈਂ ਸੁਣਾਉਣਾ ਤੇ ਇਹ 2-3 ਘੰਟੇ ਲੱਗਣ, ਪਰ ਮੈਂ ਇੰਨੀ ਗੱਲ ਕਰਨ ਚਾਹੁੰਦਾ ਬਸ, ਥੈਂਕ ਯੂ ਜੀ ਸਰ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਉਸਦੇ ਲਈ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵੱਲੋਂ